ਇਹ ਖੰਨੇ ਦੀ ਮੇਨ ਮਾਰਕੀਟ ਕਿੰਨਾ ਰਸ਼ ਹੋ ਗਿਆ ਹੁਣ ਦੇਖ ਲਓ ਇੱਥੇ ਲਾ ਵੀ ਰੰਮੂ ਪਹੁੰਚ ਗਏ ਹਾਂ ਬੱਤ ਹਜੇ ਬਾਅਦ ਚੋਂ ਐਡੀਟਿੰਗ ਕਰਨੀ ਹੈ ਉਹਦਾ ਐਡੀਟਿੰਗ ਕਰਨੀ ਆ ਤਾਂ ਮੈਂ ਉਹ ਪਾਊਂਗਾ ਯੂਟਿਊਬ ਮਿੱਤਰਾਂ ਦੀ ਮੋਟਰ ਦੇ ਕਹਿੰਦੇ ਕੱਚ ਦਾ ਗਲਾਸ ਕੱਚ ਦੀ ਗਲਾਸੀ ਖੜਕੇ ਕਿੰਨਾ ਘੈਂਟ ਲੱਗਦਾ ਖੇਤਾਂ ਦਾ ਸ਼ਾਂਤੀ ਪਈ ਹੈ ਜਮੀ ਸਰਨਮ ਸਾਮ
ਜਿਹਨੂੰ ਕਹਿੰਦੇ ਆ ਲਾਲਾ। ਓਏ ਓ ਨਦਰ ਨਿਹਾਲ ਹੈਲੋ ਹੈਲੋ ਪੱਟ ਲਿਆ ਉਹਨੇ ਫੜ ਲਓ ਇਹਨੂੰ ਫੜ ਲਓ ਨਾ ਤੈਨੂੰ ਫੜਿਓ 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 ਇਹਨੂੰ ਫੜਿਓ ਫੜ ਲਓ ਇਹਨੂੰ ਫੜ ਲਓ ਫੜ ਲਓ ਫੜ ਲਓ ਫੜ ਲਓ ਆ ਗਿਆ ਮੈਂ ਆ ਗਿਆ ਆ ਗਿਆ ਘਾਹ ਖਾਈ ਜਾਂਦਾ ਤੂੰ ਚੰਡੀਗੜ੍ਹ ਦੀਆਂ ਰੌਣਕ ਮੇਲੇ ਵੀ ਚੰਡੀਗੜ੍ਹ ਦੇ ਰੌਣਕ ਮੇਲੇ ਰਾਈਟ ਨੂੰ ਜਾਂ ਚੌਂਕ ਤੋਂ ਹੈ ਜੀ ਚੰਡੀਗੜ੍ਹ ਦੇ ਰੌਣਕ ਮੇਲੇ ਇਹ ਸਾਡੇ ਕਾਲਜ ਦੇ ਟਾਈਮ ਅਜੇ ਵੀ ਬੰਦ ਕਰਿਆ ਹੋਇਆ ਬਈ ਐਂ ਕਰ ਫਿਰ ਉੱਪਰ ਵਾਲੀ ਘੁਮਾ ਲਿਆ ਉੱਪਰ ਵਾਲੀ ਘੁਮਾ ਲਿਆ ਅਰੇ ਉਹਨੂੰ ਸਿਟਕੋ ਵਾਲਾ ਦੇਖ ਲਿਓ ਇੱਧਰ ਇਹ ਫਿਰਦਾ ਜੀ ਆਪਾਂ ਲੇਕ ਤੇ ਸੁਖਨਾ ਲੇਕ ਚੰਡੀਗੜ੍ਹ ਐਂ ਲੱਗਦਾ ਜਿਵੇਂ ਗਾਹ ਮੇਲਾ ਲੱਗਿਆ ਹੁੰਦਾ ਉਹ ਮੇਲੇ ਤੇ ਐਂ ਹੋਈ ਜਿਵੇਂ ਚੰਡੀਗੜ੍ਹ ਦੀਆਂ ਸੜਕਾਂ ਚੰਡੀਗੜ੍ਹ ਦੀਆਂ ਸੜਕਾਂ ਕੱਢਣਗੀਆਂ ਹੁਣ ਰੜਕਾਂ ਕੱਢੂਗੀਆਂ ਹੁਣ ਰੜਕਾਂ
पता किन्ने अमरूद लगे हुए हैं। अज फिर जी आप समराव घर वह जी है जमी जैसे जो पहला तो घोरा फर्क नहीं है। वो छोटा जहा बूटा दस अमरूद दे ला कि लगे पे बल्ला 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 खेती बाड़ी ये है जी मेरे नानके शंकर कितना सोहना लगता ठोके वाली मशीन आ पहला कंध नीवी होंगी दी बब्बू मासी की सहेली इधर दे पता नहीं क्या ना था जो आग मार जाती होंगी दी मासी कराइया बब्बू घर मामी उन्होंने अपग्रेड करता हूँ तो घर वैसे अंदर दे पहला कमरे कमरे चवचा पानी वाला चवचा आ गेट कोई नहीं मम्मी आ गई मन्ना ये देखिए किचन मम्मी उन्होंने ਹੈਂ
ਤੇ ਮੈਂ ਕਿਹਾ ਸੀਗਾ ਵੀ ਕਾਲ ਇੱਥੋਂ ਪੰਬਰਸਰ ਜਾਏ ਉਹ ਇੱਥੋਂ ਵਾਟ ਤੁਹਾਡੀ ਘੱਟ ਜੂ। ਇਹ ਹੈ ਕਮਰਾ। ਪੂਰਾ ਬਾਹਰਲਾ ਮੁਲਕ ਹੀ ਬਣਾਇਆ ਪਿਆ ਇੱਥੇ ਤਾਂ। ਦੇਖ ਤਾ ਸੀ ਲੈ ਥੱਲੇ ਟਾਈਲਾਂ ਦੇਖ ਲਾ, ਨਾਲ ਇੱਧਰ ਬਾਥਰੂਮ। ਆਹ ਬੇੜਾ ਇੱਦਾਂ ਹੀ ਆ, ਪਹਿਲਾਂ ਵੀ ਇੱਦਾਂ ਹੀ ਤਾਂ, ਹੁਣ ਵੀ ਇੱਦਾਂ ਹੀ। ਇੱਧਰ ਇੱਥੇ ਅਸੀਂ ਉਹ ਖੇਡਦੇ ਹੁੰਦੇ ਤੇ ਇਮਲੀ ਦੀਆਂ ਜਿਹੜੀਆਂ ਗਿਟਕਾਂ ਜਾਂਦੀਆਂ ਬੀਜਦੇ ਹੁੰਦੇ ਉਹਨਾਂ ਨਾਲ, 12-20 ਜੀ ਪਤਾ ਨਹੀਂ ਕਿਆ, ਮਾਸੀ ਬੱਬੂ ਮਾਸੀ ਮੈਂ ਰਾਣੀ ਮਾਸੀ ਸਾਰੇ ਜਣੇ ਬੈਠੇ ਰਹਿੰਦੇ ਤੇ ਇੱਥੇ। ਆਹ ਢੋਲ ਇੱਦਾਂ ਹੀ ਪਿਆ ਉਹਦੇ, ਆ ਪੌੜੀਆਂ ਵੀ ਇੱਦਾਂ ਇੱਥੇ ਚੜ ਜਾਂਦੇ ਹੁੰਦੇ ਤੇ ਉੱਪਰ, ਉਹ ਗੇਟ ਲਾ ਤਾ ਉੱਪਰ। ਕਿੰਨਾ ਸੋਹਣਾ ਲੱਗਦਾ ਇੱਥੇ, ਗੱਡੀ ਖੜ੍ਹੀ ਰਹਿੰਦੀ ਹੁੰਦੀ ਸੀ ਬਾਹਰ, ਡੈਡੀ ਹੁਣੀ ਜਾ ਆਉਂਦੇ ਹੁੰਦੇ ਤੇ ਆਲੂ ਉਲੂ ਭਰਨ। ਉਹ ਆ ਕੇਐਸ ਮੱਖਣ ਦਾ ਘਰ, ਇਹ ਕੇਐਸ ਮੱਖਣ ਦੀ ਕੋਠੀ ਆ। ਇੱਕ ਦੋ ਵਾਰ ਅਸੀਂ ਗਏ ਹਾਂ ਮਿਲਣ ਪਹਿਲਾਂ, ਘਰ ਦੇ ਕੋਲੇ ਆ ਉਹਦੇ, ਆ ਬਾਬੂ ਰਾਣੀ ਦਾ ਘਰ ਹੁੰਦਾ ਤਾ, ਬੰਦ ਆ ਹੁਣ ਤਾਂ। ਆ ਢੇਰੀਆਂ ਨੂੰ ਜਾਂਦੀ ਆ ਸਾਹਮਣੇ ਰੋਡ, ਇੱਥੇ ਪਹਿਲਾਂ ਆਹ ਖੁੱਲ੍ਹਾ ਹੁੰਦਾ ਤਾ ਅੰਦਰ, ਆਹ ਚੀਜ਼ ਇੰਨੀ ਕਾਹ ਬੰਦ ਕਰੀ ਹੋਈ ਆ, ਅਤੇ ਥੱਲੇ ਦੇਖਦਾ ਹੁੰਦਾ ਤਾ ਖੁੱਲ੍ਹਾ ਹੁੰਦਾ ਤਾ ਪਹਿਲਾਂ ਇਹ। ਦੇਸੀ ਸ਼ੱਕਰ ਕਿਸੇ ਨਾ ਬਧਾਇ ਬਧਾਇ ਆਪਹੰਕਾਰੀ ਧਰਮ ਰਾਇ ਕਿਸੈ ਕੁਵਾਰੀ ਗੁਰਬਤ ਸਾਜਾ ਕੈ ਮਿਟੈ ਬਿਮਾਨ ਸੋਜ ਨਾਨਕ ਦਰਗਹਿ ਪ੍ਰਵਾਨ ਕੋ ਡਰ ਕਰਮ ਕਰੈ ਹੋ ਧਾਰੇ ਸੰਗ ਪਾਵੈ ਸਗਲੇ ਬਿਠਾਰੇ ਹਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਹਰ ਕਰ ਯਤਨ ਕਰਿਆਤਮ ਨਹੀਂ ਦਰਬੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਗਾਵੈ ਸੈ ਭਲਾਈ ਨਿਕ ਨ ਆਵੈ ਸਰ ਕੀ ਰਿੰਝਾ ਕਵਨ ਹੋਏ ਕਉ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਂਦਾ ਹੈ ਮੁਝਦੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ ਜਬ ਇਹੋ ਜਾ ਇਹ ਜਾਣੈ ਮੈਂ ਕਿਛ ਪ੍ਰਥਾ ਤਬ ਲਗ ਕਰਮ ਜੋਨ ਮੈਂ ਬਿਰਥਾ ਜਬ ਧਾਰ ਕੋ ਪਿਆ ਜੀ ਮੀਤ ਤਬ ਲਗ ਨੇ ਜਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸੈਸ ਕਟੇਲਾ ਕੁੱਟ ਦਾਵੈ ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ
ਅਣਕ ਭੋਗ ਵਿਖਿਆ ਕੇ ਕਰੈ ਨਹਿ ਚਿੰਤਾ ਵੈ ਖਪਕਾ ਮਰੈ ਬਿਨਾ ਸਤੋਖ ਨਹੀਂ ਕੋ ਰਾਜੈ ਸੁਖਮਰਤ ਪਿਤੇ ਸਭ ਕਾਜੈ ਨਾਮ ਰੰਗ ਸਭ ਸੁਖ ਹੋਏ ਮਿਟ ਭਾਗੀ ਕਿਸੈ ਪੁਰਾ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਵਨ ਕਰਨੈ ਹਾਰ ਇਸਕੈ ਹਰ ਕਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈ ਸਭ ਹੋਏ ਆਪੇ ਆਪ ਆਪਣਾ ਸੋਏ ਜੋ ਕਿਚਕੀ ਨੋ ਸੁਪਨੇ ਰੰਗ ਸਭੇ ਦੁਰ ਸਮੂਹ ਕੈ ਸੰਗ ਬੂਝੈ ਦੇਖਿਆ ਕਰੈ ਵਿਵੇਕ ਆਪੇ ਕਈ ਖਾਪੈ ਨੇਕ ਮਰੈ ਨਾਨਕ ਸਹਿ ਆਵੈ ਨ ਜਾਏ ਨਾਨਕ ਸਦੀ ਰਹਿਆ ਸਮਾਇ ਆਪ ਉਪਦੇਸੈ ਸਮਝੈ ਆਪ ਆਪੇ ਰਜਾ ਸਭ ਹੈ ਸਾਥ ਆਪ ਕਿਨੋ ਆਪਨ ਵਿਸਥਾਰ ਸਭ ਕਾ ਤਿਰਸਕਾ ਹੋ ਕਰਨੈ ਹਾਰ ਉਸਤੇ ਭਿੰਨ ਕਹਿ ਹੋ ਕਿਚੋਏ ਨਾਨਕ ਅੰਦਰ ਇੱਕ ਸੋਏ ਆਪਣੇ ਤੇ ਤਿਆਗ ਹਾਰ ਕਤਕ ਰਹਿ ਭਾਗ ਮਤਾਏ ਸੁਤੜੇ ਸੁਖੀ ਸਭਨਾ ਜੋਰਤੇ ਸਹਿ ਆਪਣੈ ਪ੍ਰੇਮ ਵਿਸ਼ੁਆ ਧਣੇ ਸਉ ਅਠੇ ਪਹਿਰ ਲਵਨ ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ਨਾਨਕ ਸੇ ਜਾਗਨ ਹੀ ਰਸਨਾ ਨਾਮ ਉਚਾਰਣੇ ਮ੍ਰਿਗ ਦਸ਼ਨਾ ਆਪੇ ਕਪੁਲਣੇ ਉਠੇ ਪਹੁੰਚੇ ਹੋ ਆਨ ਨਾਨਕ ਨਰ ਬਾਬਾ ਰੇ
अपनी कर मान नम कछ संगी नहीं नानक साची जान अत दे उदारन पहरन भरनाथ के नाम बहु नानक सदा मस्त तुम सा नानक नर बाबर अब के डोलत दीन धन धन संपै सुख दियो हर जैनी के ताह नानक सुनरे मना सिमरत Oh,
पग डगमगे सर स्टार्ट प्लीज ये अनवील करना है भाजी दोनों साइड को ना कपड़ा पीछे हाँ पीछे खींच दो कपड़ा पीछे करना इधर देख के इधर रखना इधर पीछे कर दो पूरे में देखो उधर देख के करो बस उन मारो एक केवी माय हार्ट